हाँ जी सत श्री अकाल जी सारयां नूं, मैं तुहाडा अपना नाम P09 वाला। सो मैं अज घर तों नहीं वीडियो स्टार्ट कीती, ते मैं इत्थे आया सी, कम आया सी डाक्टरी लैण अपने वास्ते। सो तुहानूं दिखाउने आ किद्दां इत्थे डाक्टर पहलां लैणा पैंदा। आ जाओ लो जी, तुसीं देख सकदे आ इत्थे लैण लगदी आ डाक्टरी लैण वास्ते। सो इत्थों डाक्टर लैणा पैंदा, फिर जाके सानूं डाक्टर मिलदा। ਉੱਦਾਂ ਨਹੀਂ, ਪਹਿਲਾਂ ਇੱਥੋਂ ਡਾਕਟਰ ਦੀ ਪਰਚੀ ਬਣਾਉਣੀ ਪੈਂਦੀ ਹੈ, ਯਾਨੀ ਕਿ ਉਹਦਾ ਇੱਕ ਕਾਰਡ ਉਹਦਾ। ਸੋ ਇਸ ਤੋਂ ਬਾਅਦ ਫਿਰ ਪ੍ਰੋਸੀਜਰ ਸ਼ੁਰੂ ਹੁੰਦਾ ਡਾਕਟਰੀ ਦਾ। ਸੋ ਲਓ ਜੀ, ਘੰਟਾ ਇੱਕ ਲੱਗ ਜਾਣਾ, ਘੰਟੇ ਤੋਂ ਬਾਅਦ ਆਪਣੀ ਵਾਰੀ ਆਉਣੀ ਆ, ਫਿਰ ਉਸ ਤੋਂ ਬਾਅਦ ਫਿਰ ਗਾਂ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕੀ ਬਣਦਾ। ਲਓ ਜੀ, ਘੰਟਾ ਕਹਿੰਦੇ ਲੱਗ ਜਾਣਾ, ਘੰਟੇ ਤੋਂ ਬਾਅਦ ਆਪਣੀ ਵਾਰੀ ਆਉਣੀ ਆ, ਫਿਰ ਉਸ ਤੋਂ ਬਾਅਦ ਦੇਖੋ ਕੀ ਇੱਕ ਘੰਟੇ ਤੋਂ ਬਾਅਦ ਵਾਰੀ ਆਉਣੀ ਆ। ਸੋ ਦੇਖਦੇ ਹਾਂ, ਇਹਦੇ ਨਾਲ ਇੰਡੀਆ ਵਧੀਆ ਵਾ। 100 ਰੁਪਏ ਦੀ ਪਰਚੀ ਲਾਓ, ਡਾਕਟਰ ਕੋਲ ਸਿੱਧਾ ਜਾਓ, ਲਿਖਾਓ ਜੋ ਵੀ ਬਿਮਾਰੀ ਹੈਗੀ ਆ। ਚਲੋ ਆਪਣੇ ਆਪਣੇ ਰੂਲ ਆ, ਵਧੀਆ ਇਹ ਵੀ ਕੰਟਰੀ। ਸੋ ਇੰਡੀਆ ਵੀ ਬਹੁਤ ਵਧੀਆ। ਚਲੋ ਫਿਰ ਮਿਲਦੇ ਹਾਂ। ਉਹ ਬਾਈ ਬੜਾ ਲੰਬਾ ਇੰਤਜ਼ਾਰ ਕਰਨਾ ਪੈਂਦਾ, ਆਹ ਤੁਸੀਂ ਦੇਖ ਰਹੇ ਹੋ ਨਾ ਪਿੱਛੇ ਲਾਈਨ ਲੱਗੀ ਹੋਈ। ਪਹਿਲਾਂ ਟੋਕਨ ਲੈਣਾ, ਟੋਕਨ ਲੈਣ ਤੋਂ ਬਾਅਦ ਫਿਰ ਉੱਥੇ ਅੰਦਰ ਵੜਦੇ ਆ, ਅਤੇ ਹਜੇ ਟਾਈਮ ਹੈਗਾ ਅਤੇ ਲੱਗਣਾ ਟਾਈਮ ਹਜੇ। ਚਲੋ ਕੋਈ ਗੱਲ ਨਹੀਂ, ਕਰਦੇ ਹਾਂ ਵੇਟ। ਕੋਈ ਫਾਈਨਲੀ ਕੰਮ ਹੋ ਗਿਆ, ਇਸ ਤੋਂ ਬਾਅਦ ਦੋ ਕੰਮ ਕਰਨ ਵਾਲੇ ਰਹਿੰਦੇ ਆ, ਉਹ ਵੀ ਇੱਕ ਡਾਕੂਮੈਂਟ ਦਾ ਅਤੇ ਇੱਕ ਫੋਨ ਵਾਲੇ ਏਜੰਸੀ ਜਾਣਾ। ਉੱਥੇ ਜਾ ਕੇ ਮਿਲਦੇ ਫਿਰ ਤੁਹਾਨੂੰ। ਪਹੁੰਚ ਚੁੱਕੇ ਹਾਂ ਮੀਡੀਆ ਵਰਲਡ, ਜਿੱਥੇ ਫੋਨ ਲਿਆ ਜਿੱਥੋਂ ਆਪਾਂ। ਉਹ ਅੰਦਰ ਜਾਂਦੇ ਹਾਂ, ਪਹਿਲਾਂ ਮਾਸਕ ਮੂੰਹ 'ਤੇ ਚਾੜੀਏ। ਲਓ ਬਈ ਅੰਦਰ ਐਂਟਰ ਹੋਣ ਲੱਗੇ ਆਪਾਂ। ਚਾਹ ਟੈਂਪੂ ਦੂਰ ਆ ਤਾਂ ਬਾਈ ਗ੍ਰੀਨ ਪਾਸ ਮੰਗਦੇ ਸੀ, ਅਤੇ ਚੱਲ ਦਿਖਾ ਤਾ ਗ੍ਰੀਨ ਪਾਸ, ਆਪਾਂ ਹੁਣ ਉਹਨਾਂ ਚੱਲਦੇ ਹਾਂ। ਬਈ ਇਹ ਕੰਮ ਹੋਰ ਆ ਗਿਆ, ਸੋ ਐਲ ਸੀ ਡੀ ਵਾਸਤੇ ਲੈਣੇ ਬੂਫਰ ਲੈਣੇ ਸੀ। ਸੋ ਚੈੱਕ ਕਰ, ਸੋਰੀ ਆਹ ਸੈਮਸੰਗ ਦੇ ਐਲ ਸੀ ਡੀ ਪੂਰੇ ਅਲੱਗ ਅਲੱਗ ਰੇਟ ਇਹਨਾਂ ਦੇ। ਬਈ ਕੌਣ ਸੇ ਚੰਗੇ ਲੱਗੂਗੇ ਬਾਈ, ਬੇਸ ਦੇ ਚੈੱਕ ਕਰ ਭਾਈ, ਬਹੁਤ ਰੇਟ ਹੈ ਇਹਨਾਂ ਦਾ। ਇਹ ਥੋੜ੍ਹੇ ਸਸਤੇ ਆ ਵਾਲੇ ਸੈਮਸੰਗ ਦੇ, ਆਹ ਸੋਹਣਾ ਲੱਗਦਾ ਇਹ ਵਾਲਾ, ਦੇਖ ਰਹੇ ਹੋ ਤੁਸੀਂ, ਵਧੀਆ ਲੱਗਦਾ। ਚਲੋ ਫਿਰ ਦੇਖਦੇ ਹਾਂ
ਲੈ ਕੇ ਚੱਲਦੇ ਹਾਂ। ਵੈਸੇ ਅੱਜ ਦੇਖਣ ਆਇਆ ਸੀ ਇਹ ਵੀ, ਮੈਂ ਕਿਹਾ ਦੇਖ ਲਈਏ ਅਤੇ ਫਿਰ ਦੇਖਦੇ ਹਾਂ, ਖਰੀਦ ਕੇ ਲੈ ਜਾਂਦੇ ਹਾਂ ਕੁਛ ਅੱਧੇ ਇੱਕ ਅੱਧੇ ਦਿਨ 'ਚ ਦੇਖਦੇ ਹਾਂ ਅੱਧੇ ਕੁ ਦਿਨ 'ਚ। ਸੋ ਬਈ ਫੋਨ ਦਾ ਵੀ ਕੰਮ ਖਤਮ ਹੋ ਗਿਆ ਸੀ, ਇਹਦੇ ਏਅਰਪੋਡਸ ਔਡਰ ਕਰਨੇ ਸੀ ਅਤੇ ਉਹ ਪਤਾ ਨਹੀਂ ਸੀ ਕਿੱਦਾਂ ਸੀ, ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਮਤਲਬ ਔਡਰ ਕਰਨੇ ਸੀ, ਤਾਂ ਉਹਨਾਂ ਇੱਦਾਂ ਦਾ ਦੱਸਿਆ ਕਿ ਇੱਦਾਂ ਦਾ ਕਰਕੇ ਤੁਸੀਂ ਔਡਰ ਕਰ ਸਕਦੇ। ਸੋ ਘਰ ਜਾ ਕੇ ਮੈਂ ਬਾਕੀ ਮਿਲਦੇ ਤੁਹਾਨੂੰ। ਬਾਈ ਕੁਛ ਖਾਈਏ, ਭੁੱਖ ਬੜੀ ਲੱਗੀ ਹੋਈ, ਮੈਂ ਕਿਹਾ ਮਾਰਕੀਟ ਜਾ ਕੇ ਕੁਛ ਖਾਧਾ ਜਾਵੇ ਫਿਰ ਤੁਰਦੇ ਹਾਂ ਘਰ ਨੂੰ ਆਪਾਂ। ਚਲੋ ਵੜਦੇ, ਐਂਟਰ ਹੁੰਦੇ ਆਪਾਂ। ਲਓ ਜੀ, ਫਾਈਨਲੀ ਘਰ ਪਹੁੰਚ ਚੁੱਕੇ ਹਾਂ ਅਤੇ ਸਵੇਰ ਦੇ ਨਿਕਲੇ ਹਾਂ 7:30 ਵਜੇ ਦੇ ਅਤੇ ਟਾਈਮ 11:30 ਹੋ ਗਏ ਆ ਅਤੇ 2 ਵਜੇ ਕੰਮ 'ਤੇ ਲੱਗਣਾ। ਅਤੇ ਤੁਹਾਨੂੰ ਵੀਡੀਓ ਮੇਰੀ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਿਓ ਅਤੇ ਮਿਲਦੇ ਹਾਂ ਜੀ ਅਗਲੇ ਵਲੌਗ 'ਚ। ਸਤਿ ਸ਼੍ਰੀ ਅਕਾਲ।